ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਅਮਨਦੀਪ ਕੌਰ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕੁਦਰਤ ਦੇ ਸੰਬੰਧੀ। ਵੈਸੇ ਤਾਂ ਇੱਥੇ ਦੁਨੀਆ ਤੇ ਸੋਹਣੀਆਂ ਸ਼ਕਲਾਂ ਦੇ ਮੁੱਲ ਪੈਂਦੇ ਨੇ, ਪਰ ਬਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਹੈ। ਆਪਾਂ ਕਿਸੇ ਦੀ ਲੁੱਕ ਵੇਖ ਕੇ ਉਸ ਵੱਲ ਅੰਦਾਜ਼ਾ ਝੱਟ ਲਾ ਲੈਂਦੇ ਹਾਂ। ਜਿਵੇਂ ਕੋਈ ਠੀਕ ਠਾਕ ਦਿੱਖ ਵਾਲਾ ਮੁੰਡਾ ਕਿਸੇ ਸੋਹਣੀ ਕੁੜੀ ਨਾਲ ਤੁਰਿਆ ਜਾਵੇ ਤਾਂ ਬੰਦਾ ਕਹਿੰਦਾ ਵੀ ਕਿੰਨੀ ਸੋਹਣੀ ਕੁੜੀ ਨਾਲ ਲਈ ਫਿਰਦਾ, ਪਰ ਆਪਾਂ ਇਹ ਨੀ ਦੇਖਦੇ ਵੀ ਅਗਲੇ ਦਾ ਕੀ ਸੀ ਹੈ। ਕੰਜਰਾ ਹੈਗਾ ਤਾਂ ਉਹ ਵੀ ਇੱਕ ਇਨਸਾਨ ਹੀ ਆ। ਜੇ ਆਪਾਂ ਮੰਨੋ ਸਰੀਰ ਤੋਂ ਚਮੜੀ ਉਤਾਰ ਦਈਏ ਤਾਂ ਆਪਾਂ ਨੂੰ ਕੀ ਪਤਾ ਲੱਗੂ ਵੀ ਕੌਣ ਜੱਟ, ਕੌਣ ਜੂੜਾ, ਕੌਣ ਗੋਰਾ, ਕੌਣ ਕਾਲਾ, ਆਪਾਂ ਨਹੀਂ ਅੰਦਾਜ਼ਾ ਲਾ ਸਕਦੇ। ਤੇ ਬਾਕੀ ਰਹੀ ਗੱਲ ਇਹ ਆਪਣੀ ਆਪਣੋ ਆਪਣੀ ਪਸੰਦ ਹੁੰਦੀ ਹੈ। ਕਿਸੇ ਨੂੰ ਤਿੱਖਾ ਨੱਕ, ਲੰਬੀ ਧੌਣ, ਹਿਰਗੀ ਫਿਰਨੀ ਵਰਗੀ ਚਾਲ, ਇਹ ਸਭ ਫੀਚਰਸ ਮੋਹ ਲੈਂਦੇ ਨੇ। ਪਰ ਐਟਲੀਸਟ ਜਿਨ੍ਹਾਂ ਬੰਦਿਆਂ ਨੂੰ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੂੰ ਤਾਂ ਜਿਉਣ ਦਿਓ। ਬਾਕੀ ਰਾਸਤੇ ਵਿੱਚ ਕੋਈ ਬੰਦਾ ਤੁਰਿਆ ਜਾਵੇ, ਸਰੀਰ ਪੱਖੋਂ ਕਿਸੇ ਨੂੰ ਪੋਲੀਓ ਹੋਇਆ ਹੋਵੇ ਤਾਂ ਬੰਦਾ ਅਗਲਾ ਕਹੂ ਵੀ ਇਹਦੇ ਨਾਲ ਕਿਹਨੇ ਵਿਆਹ ਕਰਾਉਣਾ, ਕਿਹਨੇ ਫਸਣਾ ਇਹਦੇ ਨਾਲ, ਦੱਸੋ ਭਲਾ ਉਹ ਵੀ ਤਾਂ ਇੱਕ ਰੱਬ ਦਾ ਬੰਦਾ। ਤੇ ਬਾਕੀ ਰਹੀ ਗੱਲ ਆਪਾਂ ਅਗਰ ਆਹ ਚੁਨੀ ਦੇ ਵਿੱਚ ਆ ਕੇ ਵੀ ਆਪਾਂ ਏਦਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਆਪਾਂ ਕਿਸੇ ਹੋਰ ਤੋਂ ਕੀ ਉਮੀਦ ਲਾਵਾਂਗੇ। ਸੋ ਮੇਰੇ ਕਹਿਣ ਦਾ ਭਾਵ ਇਹੀ ਆ ਕਿ ਸ਼ਕਲ ਵੇਖ ਕੇ ਅਕਲ ਦਾ, ਕੱਪੜੇ ਵੇਖ ਕੇ ਔਕਾਤ ਦਾ ਅੰਦਾਜ਼ਾ ਲਾਉਣ ਵਾਲਾ ਬੰਦਾ ਇਸ ਦੁਨੀਆਂ ਦਾ ਸਭ ਤੋਂ ਮੂਰਖ ਪ੍ਰਾਣੀ ਹੈ। ਜੇ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।